ਫਰੀਦਕੋਟ ਦੇ ਵਿੱਚ ਨਾਰਕੋਟਿਕ ਸੈੱਲ ਵੱਲੋਂ ਟਰਾਲੇ 'ਚ ਲੁਕੋ ਕੇ ਲਿਜਾਇਆ ਜਾ ਰਿਹਾ 400 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਨਾਰਕੋਟਿਕ ਸੈੱਲ ਵੱਲੋਂ ਬਠਿੰਡਾ ਰੋਡ ਤੋਂ ਨਾਕੇਬੰਦੀ ਦੌਰਾਨ ਇੱਕ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰਾਲਾ ਚਾਲਕ ਵੱਲੋਂ ਟਰੱਕ ਤੇਜ਼ ਕਰ ਲਿਆ ਗਿਆ, ਜਿਸ ਦਾ ਪਿੱਛਾ ਪੁਲਿਸ ਵੱਲੋਂ ਕੀਤਾ ਗਿਆ ਅਤੇ ਇਸੇ ਦੌਰਾਨ ਟਰੱਕ ਚਾਲਕ ਵੱਲੋਂ ਭੱਜਣ ਦੀ ਮਨਸ਼ਾ ਨਾਲ ਚੱਲਦੇ ਟਰੱਕ 'ਚੋਂ ਛਲਾਂਗ ਲਗਾ ਦਿੱਤੀ ਅਤੇ ਡਰਾਈਵਰ ਦੇ ਹੈਲਪਰ ਵੱਲੋਂ ਗੱਡੀ ਨੂੰ ਸੰਭਾਲ ਲਿਆ ਗਿਆ। ਛਲਾਂਗ ਲਗਾਉਣ ਵਾਲਾ ਡਰਾਈਵਰ ਇਸੇ ਦੌਰਾਨ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਦਕਿ ਉਹਨਾਂ ਦੱਸਿਆ ਹੈ ਕਿ ਫਿਲਹਾਲ ਕੰਡਕਟਰ ਲਵਪ੍ਰੀਤ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦਕਿ ਡਰਾਈਵਰ ਰਾਜਵਿੰਦਰ ਸਿੰਘ ਇਲਾਜ ਅਧੀਨ ਹੈ। ਦੇਖੋ ਜੀ, ਮਾਣਯੋਗ ਆਈ ਜੀ ਸਾਹਿਬ ਸ਼੍ਰੀ ਪ੍ਰਦੀਪ ਯਾਦਵ ਜੀ IPS ਔਰ SSP ਸਾਹਿਬ ਫਰੀਦਕੋਟ ਸਰਦਾਰ ਰਾਜਪਾਲ ਸਿੰਘ IPS, ਇਹਨਾਂ ਦੀ ਜਿਹੜੀ ਡਾਇਰੈਕਸ਼ਨਸ ਦੇ ਹੇਠ ਅਸੀਂ ਜਿਹੜਾ ਸਾਡਾ ਨਾਰਕੋਟਿਕ ਸੈੱਲ ਹੈ ਉਹ ਕੰਮ ਕਰ ਰਿਹਾ, ਔਰ ਸਾਨੂੰ ਇਹ ਡਾਇਰੈਕਸ਼ਨ ਹੈ ਕਿ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਰਿਕਵਰੀਆਂ ਕਰੋ ਔਰ ਤਾਂ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਡਿਸਟ੍ਰਿਕਟ ਫਰੀਦਕੋਟ 'ਚ। ਇਸ ਗੱਲ ਨੂੰ ਲੈ ਕੇ ਸਾਡੇ ਜਿਹੜੇ ਨਾਕੇ ਵਗੈਰਾ ਲੱਗਦੇ ਆ ਰੂਟੀਨ ਦੇ ਨਾਕੇ ਲੱਗਦੇ ਆ ਚੈਕਿੰਗ ਦੇ, ਔਰ ਇਸੇ ਤਰ੍ਹਾਂ ਅੱਜ ਜਿਹੜਾ ਸਾਡਾ ਨਾਕਾ ਲੱਗਾ ਹੋਇਆ ਸੀਗਾ, ਜਿਹੜਾ ਮੇਨ ਜਿਹੜਾ ਨੈਸ਼ਨਲ ਹਾਈਵੇ ਹੈ ਬਠਿੰਡਾ ਟੂ ਜਿਹੜਾ ਫਰੀਦਕੋਟ ਹੈ, ਉੱਥੇ ਨਾਕਾ ਲੱਗਿਆ ਸੀਗਾ ਬਾੜਾ ਭਾਈਕੇ ਦੇ ਨੇੜੇ। ਸਾਡਾ ASI ਕੁਲਤਾਰ ਸਿੰਘ ਸੀਗਾ, ਉਹਨੇ ਨਾਕਾ ਲਾਇਆ ਸੀ। ਉਹਨਾਂ ਨੇ ਰੂਟੀਨ ਦੀ ਚੈਕਿੰਗ ਕਰ ਰਹੇ ਸੀ, 4-wheeler ਵਗੈਰਾ 2-wheeler ਸਾਰੇ ਚੈੱਕ ਕਰੇ ਸੀਗੇ। ਇੱਕ ਟਰੱਕ ਆ ਰਿਹਾ ਸੀਗਾ, ਉਹਨੂੰ ਟਰੱਕ ਨੂੰ ਜਿਹੜਾ ਉਹਨੇ ਇਸ਼ਾਰਾ ਕੀਤਾ ਅਤੇ ਉਹ ਟਰੱਕ ਰੁਕਿਆ ਨਹੀਂ, ਉਹ ਬਜਾਏ ਉਹਨੇ ਤੇਜ਼ ਕਰ ਲਿਆ ਟਰੱਕ ਨੂੰ, ਔਰ ਬੜੀ ਜ਼ਿਗ-ਜ਼ੈਗ ਟਰੈਵਲਿੰਗ ਉੱਦਾਂ ਕਰ ਰਿਹਾ ਸੀਗਾ ਡਰਾਈਵ, ਅਤੇ ਇਹਨਾਂ ਨੇ ਫਿਰ ਉਹਨੂੰ ਪਿੱਛਾ ਕੀਤਾ ਉਹਦਾ। ਜਦੋਂ ਪਿੱਛਾ ਕੀਤਾ ਅਤੇ ਇਹਨਾਂ ਨੇ ਗੱਡੀ ਮਗਰ ਲਾ ਕੇ ਉਹ ਫਿਰ ਬੰਦਾ ਜਿਹੜਾ ਡਰਾਈਵਰ ਸੀਗਾ ਹੀ ਗੋਟ ਕਨਫਿਊਜ਼, ਅਤੇ ਉਹਨੇ ਕੀ ਕੀਤਾ ਕਿ ਉਹਨੇ ਛਲਾਂਗ ਮਾਰਤੀ ਟਰੱਕ 'ਚੋਂ, ਔਰ ਉਹਦਾ ਜਿਹੜਾ ਕਲਿੰਡਰ ਸੀਗਾ ਉਹਨੇ ਟਰੱਕ ਨੂੰ ਕਾਬੂ ਕੀਤਾ, ਮਤਲਬ ਕੰਟਰੋਲ ਕੀਤਾ। ਉਸ ਤੋਂ ਬਾਅਦ ਜਦੋਂ ਉਹਨੂੰ ਜਦੋਂ ਕਾਬੂ ਕੀਤਾ ਜਿਹੜਾ ਬੰਦਾ ਡਰਾਈਵਰ ਸੀਗਾ, ਫਿਰ ਉਹਨੇ ਟਰੱਕ ਨੂੰ ਵੀ ਰੋਕ ਲਿਆ। ਉਹ ਦੈਨ ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਬੰਦਾ ਸੀਗਾ ਡਰਾਈਵਰ ਜਿਹਨੇ ਛਾਲ ਮਾਰੀ ਸੀ ਉਹ ਹੀ ਗੋਟ ਇੰਜਰਡ, ਉਹਦੀ ਲੱਤ 'ਤੇ ਸੱਟ ਲੱਗ ਗਈ, ਉਹਨੂੰ ਹੋਸਪਿਟਲਾਈਜ਼ ਕਰਾਇਆ। ਫਿਰ ਉਸ ਤੋਂ ਟਰੱਕ ਦੀ ਚੈਕਿੰਗ ਹੋਈ ਹੈ, ਟਰੱਕ ਦੀ ਚੈਕਿੰਗ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਉਹਦੇ ਵਿੱਚ ਜਿਹੜਾ ਕੀ ਹੈ ਪੋਪੀ ਹੋਈ ਹਸਕ ਸੀ ਕੋਈ ਅਰਾਊਂਡ ਅਬਾਊਟ 4 ਕੁਇੰਟਲ, ਅਤੇ ਇੰਸਪੈਕਟਰ ਹਰਬੰਸ ਜਿਹੜੇ ਆ ਉੱਥੇ ਗਏ, ਫਿਰ ਉਹਨਾਂ ਨੇ ਮੌਕੇ ਜਾ ਕੇ ਸਾਰੀ ਕਾਰਵਾਈ ਕੀਤੀ ਹੈ। ਮੈਂ ਵੀ ਉੱਥੇ ਮੌਕੇ 'ਤੇ ਗਿਆ, ਔਰ ਅਸੀਂ ਜਿਹੜਾ ਹੁਣ ਜਿਹੜਾ ਬੰਦਾ ਉਹ ਦੋ ਸੀਗੇ, ਇੱਕ ਜਿਹੜਾ ਉਹਦੇ ਨਾਲ ਕਲਿੰਡਰ ਸੀਗਾ ਔਰ ਇੱਕ ਜਿਹੜਾ ਜ਼ਖਮੀ ਹੋ ਗਿਆ, ਔਰ ਅਸੀਂ ਹੁਣ ਜਿਹੜਾ ਕੇਸ ਰਜਿਸਟਰ ਕੀਤਾ ਉਹਨਾਂ ਦੇ ਖਿਲਾਫ, ਅਤੇ ਉਸ ਤੋਂ ਬਾਅਦ ਜਿਹੜਾ ਹੋਸਪਿਟਲਾਈਜ਼ ਆ ਉਹਦਾ ਜਦੋਂ ਡਿਸਚਾਰਜ ਹੋਏਗਾ ਉਹਨੂੰ ਅਸੀਂ ਪੁੱਛਗਿੱਛ ਕਰਕੇ ਉਹਦੀ ਗ੍ਰਿਫਤਾਰੀ ਫਿਰ ਅਸੀਂ ਜਿਹੜੀ ਆ ਪਾਵਾਂਗੇ। ਲੇਕਿਨ ਫਿਲਹਾਲ ਇਹਦੇ ਵਿੱਚ ਜਿਹੜਾ ਇੱਕ ਜਿਹੜਾ ਮੁਜਰਮ ਹੈ ਲਵਪ੍ਰੀਤ ਸਿੰਘ ਹੈ, ਰੈਜੀਡੈਂਸ ਆਫ ਅਮਰਗੜ੍ਹ ਨਾਈਆਂ ਵਾਲਾ ਬਠਿੰਡਾ ਤੋਂ ਹੈ, ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਸ ਮੁਕਦਮੇ 'ਚ, ਔਰ ਜਿਹੜੀ ਅਸੀਂ ਫਰਦਰ ਹੁਣ ਇਹਦਾ ਸਾਰਾ ਲਿੰਕਸ ਵਗੈਰਾ ਪਤਾ ਕਰ ਰਹੇ ਹਾਂ ਕਿ ਇਹਦੇ ਫਾਰਵਰਡ ਲਿੰਕਸ ਕਿੱਥੇ ਹੈ, ਕਿੱਥੋਂ ਕਿਹਨੂੰ ਕਿਹਨੂੰ ਸਮਾਨ ਦਿੰਦਾ ਸੀਗਾ, ਔਰ ਬੈਕਵਰਡ ਲਿੰਕਸ ਕਿਹੜੇ ਕਿੱਥੋਂ ਸਮਾਨ ਆਉਣ ਦਾ ਆਉਂਦਾ ਸੀ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।